ਸਰਕਾਰੀ ਦੇ ਕੋਲ 3-3.5 ਘੰਟੇ ਜਾਮ ਲੱਗਾ। ਹਾਂ ਜਾਮ ਲੱਗਿਆ ਹੋਇਆ ਸੀ। ਹਾਂ ਗਰਮੀ ਸੀਗੀ, ਚਲੋ ਸਾਡਾ ਫੇਰ ਗੱਡੀਆਂ ਗੁੱਡੀਆਂ ਏਸੀ ਵਧੀਆ ਚੱਲੀ ਜਾਂਦੇ ਨੇ, ਉਹ ਥੋੜਾ ਨੀਵਾਂ ਇਲਾਕਾ ਹੈ। ਹਾਂ ਕਿ ਲੋਕੀ ਜਾਣ ਕੇ ਕਈ ਹੁੰਦੇ ਆ ਵਿੱਚ 100 ਪਿੱਛੇ ਇੱਕ ਅੱਧਾ ਹੁੰਦਾ। ਸਾਹਮਣੇ ਵਾਲੇ ਪਹਾੜ ਦੇ ਪਿੱਛੇ ਚਾਈਨਾ ਜੀ, ਤੇ ਜਿਹਦਾ ਇੱਕ ਨਮੂਨਾ ਤੁਹਾਨੂੰ ਦਿਖਾਉਂਦੇ ਆ, ਆਹ ਦੇਖੋ ਆਹ ਵਨ ਪਲੱਸ ਦਾ ਫੋਨ ਆ। ਇਸ 'ਚ ਟਾਈਮ ਹੋਇਆ 11:11 ਤੇ ਇਸ 'ਚ 1:41 ਹੋ ਗਿਆ। ਵੀਡੀਓ ਦੇਖ ਰਹੇ ਸੱਜਣਾ ਮਿੱਤਰਾਂ ਦਾ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ। ਅਤੇ ਕੱਲ੍ਹ ਆਪਾਂ ਚਿਤਕੁਲ ਤੋਂ ਚੱਲ ਕੇ ਰੁਕੇ ਹਾਂ ਨਾਕੋ, ਨਾਕੋ ਮਿਨਿਸਟਰੀ ਦੇ ਵਿੱਚ। ਆ ਹੈਗੀ ਨਾਕੋ ਮਿਨਿਸਟਰੀ, ਅਤੇ ਇੱਧਰ ਸਾਹਮਣੇ ਲੱਗੇ ਹੋਏ ਨੇ ਆਪਣੇ ਟੈਂਟ, ਅਤੇ ਚਾਹ ਪਾਣੀ ਹੋ ਗਿਆ ਤਿਆਰ, ਚਾਹ ਪਾਣੀ ਪੀਂਦੇ ਹਾਂ ਹੁਣ, ਫਿਰ ਹੁੰਦੇ ਤਿਆਰ ਤਿਉਰ ਤਾਂ ਨਿਕਲਦੇ ਉਰ ਤੋਂ ਕਾਦਾ ਵੱਲ ਨੂੰ। ਅਤੇ ਪਿਛਲੇ ਵਲੋਗ ਨਹੀਂ ਦੇਖੇ ਉਹ ਦੇਖ ਲਓ। ਆਪਾਂ ਪਟਿਆਲੇ ਤੋਂ ਚੱਲ ਕੇ ਪਹਿਲਾਂ ਚਿਤਕੁਲ ਰੁਕੇ, ਅਤੇ ਫਿਰ ਚਿਤਕੁਲ ਤੋਂ ਚੱਲ ਕੇ ਦੂਜਾ ਦਿਨ ਨਾਕੋ ਲਾਇਆ। ਅੱਜ ਆਪਣਾ ਤੀਜਾ ਦਿਨ ਦੀ ਸਟਾਰਟ ਹੈ, ਸ਼ੁਰੂਆਤ ਹੈ। ਚਾਹ ਆਪਣੀ ਬਣ ਚੁੱਕੀ ਹੈ, ਅਤੇ ਇੱਧਰ ਲੱਗੇ ਹੋਏ ਨੇ ਟੈਂਟ। ਖਾਣ ਪੀਣ ਦਾ ਆਪਾਂ ਸਾਰਾ ਸਮਾਨ ਰੱਖਿਆ, ਕੁਰਸੀਆਂ ਕਰਸੀਆਂ ਸਭ ਨੇ। ਹੁਣ ਚਾਹ ਚੂਹ ਪੀ ਕੇ ਤਿਆਰ ਹੋ ਕੇ ਸਮਾਨ ਸਮੂਨ ਪੈਕ ਕਰਕੇ ਫਿਰ ਮਿਲਦੇ ਹਾਂ ਆਪਾਂ ਨੂੰ ਨਾਕੋ ਮਿਨਿਸਟਰੀ 'ਚ। ਮੱਥਾ ਟੇਕ ਕੇ ਆਪਾਂ ਨਿਕਲ ਗਏ ਹੁਣ ਨਾਕੋ ਪਿੰਡ ਤੋਂ ਕਾਲਾ ਵੱਲ ਨੂੰ। ਰਸਤੇ 'ਚ ਬਾਕੀ 2-3 ਸਟੋਪੇਜ ਹੋਰ ਆਉਣੇ, ਜਿੱਥੇ ਰੁਕਾਂਗੇ ਆਨੰਦ ਮਾਣਾਂਗੇ ਜਗ੍ਹਾ ਦਾ, ਅਤੇ ਨਾਲ ਨਾਲ ਤੁਹਾਨੂੰ ਵੀ ਆਨੰਦ ਦਵਾਵਾਂਗੇ। ਅਤੇ ਉਹਦੇ ਲਈ ਵੀਡੀਓ 'ਚ ਬਣੇ ਰਹਿਣਾ। ਅਤੇ ਆਹ ਨੇ ਜੀ ਪਿੰਡ ਨਾਕੋ ਦੀਆਂ ਗਲੀਆਂ, ਸੜਕਾਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਿੰਡ ਦੀਆਂ ਗਲੀਆਂ ਹੀ ਹੁੰਦੀਆਂ ਨੇ, ਕਾਫੀ ਜ਼ਿਆਦਾ ਨੈਰੋ ਨੇ। ਤਾਂ ਇੱਧਰ ਦੇ ਲੋਕ ਇਹਨੂੰ ਸ਼ਹਿਰ ਹੀ ਕਹਿੰਦੇ ਨੇ, ਹੈ ਪਿੰਡ ਹੈ ਕਿਉਂਕਿ ਖਾਸਾ ਬੜਾ ਹੋ ਗਿਆ। ਜਿੱਦਾਂ ਨੇੜੇ ਤੇੜੇ ਦੇ ਜਿੰਨੇ ਛੋਟੇ ਮੋਟੇ ਪਿੰਡ ਹੈ ਉਹਦੇ ਤੋਂ ਵੀ ਸਮਾਨ ਵਗੈਰਾ, ਖਾਣ ਵਗੈਰਾ ਤਾਂ ਲੈ ਕੇ ਜਾਂਦੇ ਨੇ। ਕਿਉਂਕਿ ਬੈਕਰੀ ਵੀ ਪੁੱਛਿਆ ਸੀ, ਕਹਿੰਦੇ ਨੇੜੇ ਤੇੜੇ ਜਿੰਨੇ ਲਾ ਲਓ ਕਿ 50-60 ਕਿਲੋਮੀਟਰ ਦੇ ਏਰੀਏ 'ਚ ਪਿੰਡ ਨੇ, ਇੱਕ ਲੋਤੀ ਬੈਕਰੀ ਉਸੀ ਪਿੰਡ 'ਚ ਹੋ ਰਹੀ ਹੈ, ਬਾਕੀ ਦਾਲਾਂ ਦੂਲਾਂ ਦਾ ਸਮਾਨ ਵੀ ਸਾਰਾ ਉਰੇ ਤੋਂ ਹੀ ਲੈ ਕੇ ਜਾਂਦੇ ਨੇ, ਜਿਸ ਕਰਕੇ ਆਪਾਂ ਇਹਨਾਂ ਨੂੰ ਛੋਟਾ ਕੋਈ ਕਸਬਾ ਵੀ ਕਹਿ ਸਕਦੇ ਹਾਂ। ਅਤੇ ਉਹ ਸਾਹਮਣੇ ਹੈਲੀਪੈਡ ਜੀ ਆਰਮੀ ਦਾ, ਨਾਕੋ ਹੈਲੀਪੈਡ। ਨਾਕੋ ਦਾ ਅਤੇ ਆਰਮੀ ਨੇ ਗੱਡੀਆਂ ਖੜੀਆਂ, ਅਤੇ ਸਾਈਕਲਾਂ ਖਾਸੀਆਂ ਖੜੀਆਂ, ਰਾਈਡ ਰੂਡ ਦੀ ਕੋਈ ਤਿਆਰੀ ਕਰ ਰਹੇ ਨੇ। ਕਹਿੰਦੇ ਸਾਨੂੰ ਥੋੜ੍ਹੀ ਨਹੀਂ ਹੈਗੀ ਸਾਹਮਣੇ ਕੈਮਰੇ ਸਾਹਮਣੇ ਫੇਸ ਹੋਣ ਦੀ, ਪਰ ਆਪਾਂ ਉੱਦਾਂ ਗੱਲਬਾਤ ਕਰੀਏ। ਇਹ ਸਾਰੀ ਬਟਾਲੀਅਨ ਹੈ ਜੋ ਇਹ ਪਟਿਆਲੇ ਤੋਂ ਹੀ ਨੇ, ਅਤੇ ਉਰੇ ਵੈਸੇ ਪ੍ਰੈਕਟਿਸ ਲਈ ਆਏ ਹੋਏ ਨੇ 10 ਦਿਨ ਦੀ, ਅਜੇ ਹੋਰ ਹੈਗੀ ਇਹਨਾਂ ਦੀ ਪ੍ਰੈਕਟਿਸ ਰਹਿੰਦੀ ਹੈ। ਅਤੇ ਫਿਰ ਉਹ ਤੋਂ ਬਾਅਦ ਨਾਕੋ ਤੋਂ ਲੈ ਕੇ ਪਟਿਆਲੇ ਤੱਕ ਬਾਏ ਸਾਈਕਲ 'ਤੇ ਜਾਣਗੇ। ਦੇਖੋ ਜੀ ਕਿੱਡੀ ਵੱਡੀ ਗੱਲ ਹੈ ਸਾਈਕਲ ਦੇ ਉੱਤੇ, ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਸਾਈਕਲ 'ਤੇ ਵੀ ਬੰਦਾ ਘੁੰਮ ਫਿਰ ਸਕਦਾ, ਇੱਦਾਂ ਦੀ ਕੋਈ ਗੱਲ ਨਹੀਂ। ਵੈਸੇ ਆਪਣੇ ਕਈ ਬਲੌਗਰ ਵੀ ਹੈਗੇ ਨੇ, ਬਾਈ ਅੰਮ੍ਰਿਤਪਾਲ ਜੀ ਨੇ, ਘੁੱਦਾ ਸਿੰਘ ਜੀ, ਅਤੇ ਸਾਈਕਲ ਬਾਬਾ, ਉਹਦਾ ਕਈ ਕੰਟਰੀਆਂ ਘੁੰਮ ਚੁੱਕੇ ਨੇ। ਅਤੇ ਆਹ ਬਾਈ ਹੁਣ ਜਿਹੜੇ ਆਰਮੀ ਵਾਲੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ 10 ਦਿਨਾਂ ਬਾਅਦ ਉਰੇ ਤੋਂ ਰਾਈਡ ਸ਼ੁਰੂ ਕਰਨਗੇ, ਪਟਿਆਲੇ ਤੱਕ ਸਾਈਕਲਾਂ 'ਤੇ ਜਾਣਗੇ। ਅਤੇ ਆਪਾਂ ਪੁੱਛਦੇ ਹਾਂ ਇਹਨਾਂ ਨੂੰ ਪਟਿਆਲੇ ਕਦੋਂ ਮਿਲਣਗੇ, ਅਤੇ ਆਪਾਂ ਇਹਨਾਂ ਨੂੰ ਮਿਲ ਕੇ। ਬਈ ਹੁਣ ਇੱਕ ਪੰਜਾਬੀ ਵੀ ਮਿਲਿਆ ਸੀਗਾ ਵਿੱਚ, ਅਤੇ ਉਹ ਕਹਿੰਦੇ ਆਪਾਂ 15 ਤਰੀਕ ਨੂੰ ਪਹੁੰਚਣਾ ਪਟਿਆਲੇ। ਬਾਕੀ ਬਟਾਲੀਅਨ ਸਾਰੀ ਵੈਸੇ ਲੱਗਦੀ ਹੈ ਪਟਿਆਲੇ ਦੀ ਸੀਗੀ, ਰਹਿੰਦੇ ਬਟਾਲੀਅਨ। ਅਤੇ ਹੁਣ ਆਪਾਂ ਇਹਨਾਂ ਨੂੰ ਜੇ ਹੋ ਸਕਿਆ ਤਾਂ 15 ਤਰੀਕ ਨੂੰ ਮਿਲਾਂਗੇ ਪਟਿਆਲੇ। ਅਤੇ ਹੁਣ ਆਪਾਂ ਚੱਲਦੇ ਹਾਂ ਉਹਦੇ ਨਾਕੋ ਤੋਂ, ਉਹਤੋਂ 5 ਕਿਲੋਮੀਟਰ ਅੱਗੇ ਆਉਂਦਾ ਜੀ ਮਲਿੰਗ ਨਾਲਾ, ਉਰੇ ਆਪਾਂ ਨੂੰ ਥੋੜ੍ਹੀ ਜਿਹੀ ਕਰਨੀ ਪੈਣੀ ਹੈ ਵਾਟਰ ਕਰੋਸਿੰਗ, ਜਿਹਦੇ ਕਰਕੇ ਰੋਡ ਰੂਡ ਸਾਰਾ ਗਿੱਲਾ ਹੋਇਆ ਪਿਆ। ਹਾਏ ਕਿਆ ਬਾਤ ਹੈ, ਆਫ ਰੋਡਿੰਗ ਦੇ ਨਜ਼ਾਰੇ ਲੈ ਜਾਣਗੇ। ਉੱਧਰ ਆ ਰਿਹਾ ਗੱਡੀ ਇਹਦਾ, ਕਿਸੇ ਕਿਸੇ ਟਾਈਮ ਅੱਜ ਦਾ ਪਾਣੀ ਘੱਟ ਹੀ ਹੈ ਵੈਸੇ, ਕਿਸੇ ਕਿਸੇ ਟਾਈਮ ਇਹਦੇ ਵਿੱਚ ਪਾਣੀ ਜਮੀ ਫੁੱਲ ਹੁੰਦਾ। ਆ ਥੋੜ੍ਹਾ ਜਿਹਾ ਏਰੀਆ ਲੈਂਡਸਲਾਈਡ ਵਾਲਾ, ਜਿੱਥੇ ਰੋਡ ਰੂਡ ਗਿਰਿਆ ਹੋਇਆ, ਧਿਆਨ ਨਾਲ ਹੀ ਚੱਲਣਾ ਪੈਣਾ ਜੀ ਉਰੇ। ਅਤੇ ਬਾਕੀ ਜਿੰਨੇ ਵੀ ਨਾਲੇ ਨੂਲੇ ਹੁੰਦੇ ਲਦਾਖ ਸਪੀਤੀ ਗਣੀ ਜਾਂ ਜਿੱਧਰ ਵੀ ਅਸੀਂ ਗਏ ਹਾਂ ਜਿੱਧਰ ਤੱਕ ਹੁਣ ਤੱਕ, ਇਹਨਾਂ 'ਚ ਸ਼ਾਮ ਨੂੰ ਪਾਣੀ ਜ਼ਿਆਦਾ ਹੁੰਦਾ, ਸਵੇਰੇ ਘੱਟ ਹੁੰਦਾ।
ਜਿਹੜੇ ਨੋਰਮਲੀ ਗੱਡੀ ਮੋਟਰਸਾਈਕਲ ਨਿਕਲ ਜਾਂਦੇ ਨੇ ਕਿਉਂਕਿ ਸ਼ਾਮ ਨੂੰ ਜਿਵੇਂ ਜਿਵੇਂ ਬਰਫ਼ ਪਿਘਲਦੀ ਰਹਿੰਦੀ ਹੈ ਉਵੇਂ ਉਵੇਂ ਪਾਣੀ ਦਾ ਵਹਾਅ ਵੱਧਦਾ ਰਹਿੰਦਾ ਹੈ ਤੇਜ਼ ਹੁੰਦਾ ਰਹਿੰਦਾ ਔਰ ਸਾਹਮਣੇ ਹੀ ਦੇਖੋ ਜਗ੍ਹਾ ਮੂਨ ਵਰਗੀ ਕਿਆ ਬਾਤ ਹੈ ਕੁਦਰਤ ਦੇ ਨਜ਼ਾਰੇ ਬਹੁਤ ਹੀ ਸੋਹਣਾ ਲੈਂਡਸਕੇਪ ਬੱਦਲ ਐਂ ਲੱਗਦਾ ਪਹਾੜਾਂ ਦੇ ਉੱਤੇ ਬੱਦਲ ਹੀ ਨੇ ਅਤੇ ਥੱਲੇ ਮੂਨ ਵਰਗੀ ਧਰਤੀ ਅਤੇ ਇੱਧਰ ਪਹਾੜੀ ਦੇ ਉੱਤੋਂ ਨਿਕਲਦਾ ਹੋਇਆ ਸੂਰਜ ਚਿੰਗਾਰੀਆਂ ਕੱਢ ਰਿਹਾ ਪੂਰੀਆਂ ਅਤੇ ਬਹੁਤ ਹੀ ਸੋਹਣਾ ਰੋਡ ਅਤੇ ਆ ਖੜੀ ਆਪਣੀ ਗੱਡੀ ਆਹ ਦੇਖੋ ਜੀ ਇਹ ਸਾਰਾ ਏਰੀਆ ਮੂਨ ਲੈਂਡ ਵਰਗਾ ਹੀ ਹੈ ਕਿਆ ਬਾਤ ਹੈ ਇੱਧਰ ਥੱਲੇ ਸਾਹਮਣੇ ਚਿੱਟੇ ਪਹਾੜ ਨੇ ਉੱਪਰ ਕਾਲੇ ਨੇ ਉੱਪਰ ਥੋੜ੍ਹਾ ਅਲੱਗ ਰੰਗ ਹੈ ਅਤੇ ਉਹ ਉੱਪਰ ਪੈ ਰਹੀਆਂ ਬੱਦਲਾਂ ਦੀ ਸ਼ੈਡੋ ਅਲੱਗ ਅਲੱਗ ਪਹਾੜਾਂ ਦਾ ਆਨੰਦ ਮਿਲਦਾ ਉਰੇ ਤੁਹਾਨੂੰ ਸਾਹਮਣੇ ਲੱਗਿਆ ਹੋਇਆ ਟਾਵਰ ਜੋ ਕਿ ਆਪਾਂ ਨੂੰ ਉਰੇ ਫੋਨ ਦੇ ਕਨੈਕਸ਼ਨਾਂ ਦੀ ਸਪਲਾਈ ਪਹੁੰਚਾ ਰਿਹਾ ਜਿਹਦੇ ਰਾਹੀਂ ਆਪਾਂ ਉਰੇ ਤੋਂ ਵੀਡੀਓ ਅਪਲੋਡ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਾਂਗੇ ਫਿਰ ਤੋਂ ਨਦੀ ਦੇ ਐਨ ਕਿਨਾਰੇ 'ਤੇ ਆ ਚੁੱਕੇ ਹਾਂ ਸਪੀਤੀ ਨਦੀ ਜੋ ਕਿ ਤੁਹਾਨੂੰ ਆਪਾਂ ਪਿਛਲੇ ਬਲੌਗ 'ਚ ਦਿਖਾਈ ਸੀ ਸਤਲੁਜ ਦਰਿਆ ਦੇ ਵਿੱਚ ਜਾ ਕੇ ਮਿਲਦੀ ਹੈ ਜਿਹੜਾ ਵੀ ਪਿੰਡ ਮਿਲਦਾ ਉੱਥੇ ਸੇਬਾਂ ਦੇ ਬਾਗ ਜ਼ਰੂਰ ਦਿਖਦੇ ਨੇ ਜਿਵੇਂ ਕਿ ਉਰੇ ਵੀ ਆ ਨਾਲ ਸਾਰੇ ਸੇਬਾਂ ਦੇ ਬਾਗ ਲੱਗੇ ਹੋਏ ਨੇ ਉੱਦਾਂ ਸਾਰਾ ਸੁੱਕਾ ਪਰਬਤ ਪਰ ਆ ਵਿੱਚ ਪਿੰਡ 'ਚ ਸੇਬਾਂ ਦੇ ਬਾਗ ਦੀ ਖੇਤੀ ਕਰੀ ਹੋਈ ਹੈ ਸੁੰਦੋ ਤੋਂ ਪਹਿਲਾਂ ਆਪਾਂ ਐਂਟਰੀ ਕਰਾਈ ਹੈ ਅਤੇ 300 ਰੁਪਇਆ ਫੀਸ ਵੀ ਲੱਗੀ ਹੈ ਉਰੇ ਡਿਵੈਲਪਮੈਂਟ ਦੀ ਦੇਸ਼ ਦੀ ਤਰੱਕੀ ਲਈ 300 ਰੁਪਇਆ ਦਾ ਯੋਗਦਾਨ ਪਾਤਾ ਬਾਕੀ ਉਰੇ ਟਰੱਕ ਟਰੁੱਕ ਬਹੁਤ ਖੜ੍ਹੇ ਨੇ ਪਤਾ ਨਹੀਂ ਕੀ ਚੱਕਰ ਹੈ ਉੱਪਰ ਹੀ ਪੂਰੀ ਲਾਈਨ ਬਣੀ ਹੋਈ ਸੀਗੀ ਅੱਜ ਸਵੇਰੇ ਨਾਸ਼ਤੇ ਵਾਲਾ ਕੰਮ ਥੋੜ੍ਹਾ ਠੰਡਾ ਹੀ ਸੀ ਚਾਹ ਪੀਤੀ ਸੀ ਨਾਲ ਇੱਕ ਦੋ ਬਿਸਕੁਟ ਖਾਏ ਨੇ ਇਸ ਕਰਕੇ ਆਪਾਂ ਸੁੰਮਦੋ ਉਰੇ ਕੰਟੀਨ 'ਚ ਰੁਕੇ ਆਰਮੀ ਦੀ ਕੰਟੀਨ ਹੈ ਅਤੇ ਬਾਕੀ ਕੁਛ ਮੰਦਰ ਜਿਹਾ ਬਣਾਇਆ ਹੋਇਆ ਨਾਲ ਇੱਧਰ ਦੇ ਲੋਕਾਂ ਦੇ ਮੰਦਰ ਇੱਦਾਂ ਦੇ ਹੁੰਦੇ ਨੇ ਕੁਛ ਅਤੇ ਹੁਣ ਅੰਦਰ ਦੇਖਦੇ ਖਾਣ ਪੀਣ ਦਾ ਕੀ ਕੁਛ ਹੈ ਫੂਡ ਪਲਾਨ ਦਰਅਸਲ ਇਹੀ ਰਿਹਾ ਸੀ ਨਾਰਕੰਡਾ ਨਾਰਕੰਡਾ ਤੋਂ ਚਿਤਕੁਲ ਚਿਤਕੁਲ ਤੋਂ ਕਲਪਾ ਹੋ ਕੇ ਨਾਕੋ ਰੁਕੇ ਅਤੇ ਹੁਣ ਅੱਜ ਲਿਖੀ ਨਹੀਂ ਪਈ ਉਹ ਵੀ ਆਊਗੀ ਰਸਤੇ 'ਚ ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਲਾਂਗਜ਼ਾ ਵਗੈਰਾ ਸਾਰਾ ਕੁਝ ਕਿੱਬਰ ਕੁੱਬਰ ਪਿੰਡ ਘੁੰਮ ਕੇ ਚੰਦਰਤਾਲ ਵੱਲ ਨੂੰ ਚੰਦਰਤਾਲ ਤੋਂ ਬਾਅਦ ਮਨਾਲੀ ਹੋ ਕੇ ਸਿੱਧਾ ਪਟਿਆਲੇ ਵੱਲ ਨੂੰ ਲਿਖਿਆ ਗਿਆ ਜੀ BRO ਪਿੱਲਰਸ ਆਫ ਦਾ ਨੈਸ਼ਨ ਬਾਕੀ ਆਹ ਦੇਖੋ ਇੰਨੀ ਇੰਨੀ ਬਰਫ਼ਾਂ 'ਚ ਕੰਮ ਕਰਦੇ ਨੇ ਆਹ ਲੈਂਡਸਲਾਈਡ ਵਗੈਰਾ ਹੋਈ ਆ ਔਰ ਲਿਖਿਆ ਵੀ ਪਿਆ ਆਹ 52 ਘੰਟੇ ਲੱਗ ਗਏ ਸੀ ਲੈਂਡਸਲਾਈਡ ਕਲੀਅਰ ਕਰਨ ਨੂੰ ਆਹ ਸਨੋਅ ਕਲੀਅਰ ਸਾਰਾ ਕੰਮ ਵੀ ਦੇਖ ਰੇਖ ਜਿਹੜੀ ਬੋਰਡਰ ਏਰੀਏ ਦੇ BRO ਹੀ ਕਰਦੀ ਹੈ ਵਿਊ ਆਫ ਦਾ ਮਲਿੰਗ ਨਾਕੋ ਰੋਡ ਜਿੱਧਰੋਂ ਆਪਾਂ ਹੁਣ ਆਏ ਹਾਂ ਬਾਕੀ ਗੱਲਬਾਤ ਹੈ ਜੋ ਕਿ BRO ਦੀ ਗੱਲਬਾਤ BRO ਹੀ ਹੈ BRO ਹੀ ਇਹੋ ਜਿਹੀ ਜਗ੍ਹਾ 'ਤੇ ਇੰਨੇ ਔਖੇ ਔਖੇ ਰੋਡ ਮੇਨਟੇਨ ਅਤੇ ਬਣਾ ਸਕਦੇ ਨੇ ਇਹ ਆਮ ਜਿਹੜੀਆਂ ਏਜੰਸੀਆਂ ਨੇ ਮੈਂ ਕਹਿੰਦਾ ਇੰਨੀ ਔਖੀ ਥਾਂ 'ਤੇ ਜਾਣ ਦਾ ਰਿਸਕ ਲੈ ਕੇ ਇਹ ਨਹੀਂ ਕੰਮ ਕਰੂਗਾ BRO ਹੀ ਹੈ ਜਿਹੜੇ ਬੋਰਡਰ ਏਰੀਆ 'ਤੇ ਇੰਨੇ ਸ਼ਾਨਦਾਰ ਇੰਨੇ ਹਾਈ ਮਾਊਂਟੇਨਸ 'ਚ ਇੰਨੇ ਸ਼ਾਨਦਾਰ ਰੋਡ ਬਣਾ ਸਕਦੇ ਨੇ ਆਹ ਦਾਂਕਰ ਲੇਕ ਮਿਲਕੀ ਵਿਊ ਚੰਦਰਤਾਲ ਇੱਕੀਮ ਪਿੰਨ ਵੈਲੀ ਸਪੀਤੀ ਤਾਬੋ ਮਿਨਿਸਟਰੀ ਕਲਪਾ ਕਿਨੌਰ ਉਰੇ ਤਾਂ ਚਲੋ ਆਪਾਂ ਜਾ ਆਏ ਪੁੰਜਮ ਪਾਸ ਇਹ ਆਪਾਂ ਸਾਰੀਆਂ ਥਾਵਾਂ ਇਸ ਟ੍ਰਿਪ ਦੇ ਵਿੱਚ ਕੰਪਲੀਟ ਕਰਨੀਆਂ ਨੇ ਦੇਖਣੀਆਂ ਨੇ ਕੇ ਮਿਨਿਸਟਰੀ ਬਹੁਤ ਹੀ ਸੋਹਣੀ ਜਗ੍ਹਾ ਇਹ ਗੋਏ ਮਿਨਿਸਟਰੀ ਜਿੱਥੇ ਆਪਾਂ ਹੁਣ ਜਾਵਾਂਗੇ ਉਰੇ ਤੋਂ ਬਾਅਦ ਲਾਂਗਜ਼ਾ ਸਪੀਤੀ ਹਿਮਾਚਲ ਚੱਲੇ ਇਕੱਲੇ ਹੀ ਰਹੇ ਨਹੀਂ ਅਸੀਂ 4 ਜਣੇ ਹਾਂ ਜੀ ਗੱਡੀ 'ਚ ਵੈਨਿਊ 'ਚ ਆਹ ਬਾਈ ਜੀ ਹੁਣ ਬਠਿੰਡੇ ਤੋਂ ਆਏ ਨੇ ਜੀ ਗੱਡੀ ਲੈ ਕੇ ਕਿੰਨੇ ਦਿਨਾਂ 'ਚ ਪਹੁੰਚ ਜਾਂਦੇ ਵੀਰੇ 7 ਦਿਨ ਬਾਅਦ 7 ਦਿਨ ਇੱਕ ਸਾਈਡ ਆਰਮੀ ਦੀ ਗੱਡੀ ਹੈ ਨਾ ਬਾਈ ਜੀ ਹੁਣ ਆਰਮੀ ਦੀ ਗੱਡੀ ਲੈ ਕੇ ਬਠਿੰਡੇ ਤੋਂ 7 ਦਿਨਾਂ 'ਚ ਤੇਲ ਦੀ ਗੱਡੀ ਹੈ ਇਹ ਕਾਹਦਾ ਪਹੁੰਚਦੇ ਨੇ ਆਰਮੀ ਦੇ ਕੈਂਟ ਦੇ ਵਿੱਚ ਹੋਰ ਬਾਈ ਜਾਮ ਰਸਤਾ ਉੱਪਰ ਤਾਂ ਬਹੁਤ ਖਰਾਬ ਬਾਈ ਅੱਛਾ ਲੱਗਦਾ ਬਹੁਤ ਜ਼ਿਆਦਾ ਟੂਰਿਸਟ ਬਹੁਤ ਗਿਆ ਵਾ ਉੱਪਰ ਕੋਣ ਸੇਬਾਂ ਦਾ ਸੀਜ਼ਨ ਚੱਲਦਾ ਨਾ ਹਾਂਜੀ ਹਾਂਜੀ ਉਹਦੇ ਕਰਕੇ ਜ਼ਿਆਦਾ ਚੱਲਦਾ ਅਸੀਂ ਦੇਖਿਆ ਸਾਨੂੰ ਨਾ ਗੱਡੀ ਦੇ ਚੜ੍ਹਨ ਜਦ ਕਿ ਬਹੁਤ ਕੰਫਰਟੇਬਲ ਗੱਡੀ ਹੁੰਦੀ ਹੈ ਹਾਂਜੀ ਤੇ ਇਹ ਤਾਂ ਇੱਕ ਤਾਂ ਚੜ੍ਹਾਈ 'ਚ ਔਖਾ ਚੜ੍ਹਦੀ ਹੈ ਹਾਂਜੀ ਠੀਕ ਹੈ ਆਪਣੀ ਜਿਹੜੀਆਂ ਗੱਡੀਆਂ ਨੇ ਟਰੱਕ ਟਰੁੱਕ ਨੇ ਇਹਨਾਂ 'ਚ ਤਾਂ ਹੋਰ ਵੀ ਜ਼ਿਆਦਾ ਦਿੱਕਤ ਆਉਂਦੀ ਹੋਣੀ ਚਲਾਉਣ 'ਚ ਕਿਵੇਂ ਜੀ ਰਸਤਾ ਬਹੁਤ ਛੋਟਾ ਭਾਅ ਜੀ ਸਾਈਡ ਰੇਂਜ 'ਚ ਬਹੁਤ ਪ੍ਰੋਬਲਮ ਆਉਂਦੀ ਕਈ ਵਾਰ ਕਿਲੋ ਕਿਲੋਮੀਟਰ ਪਿੱਛੇ ਕਰਨੀ ਪੈਂਦੀ ਗੱਡੀ
ਭਰੀ ਵੀ ਗੱਡੀ ਦਾ ਮੁਸ਼ਕਲ ਹੋ ਜਾਂਦਾ। ਅਸੀਂ ਹੁਣ ਜਿਵੇਂ ਕਾਫੀ ਚਲੋ ਸੁਣਿਆ ਕਾਫੀ ਚਿਰ ਤੋਂ ਸੁਣਦੇ ਆ ਰਹੇ ਆ ਕਿ ਡਰਾਈਵਰ ਅਮਲੀ ਨੇ ਜਾਂ ਨਸ਼ੇ ਕਰਦੇ ਨੇ, ਪਰ ਦੇਖਿਆ ਆਪਣੀ ਆਪਣੀ ਸੋਚ ਆ ਭਾਜੀ। ਹਾਂਜੀ ਸੋਚ ਹੈ, ਇਹ ਤਾਂ ਹੁਣ ਜੇ ਹੁਣ ਬੰਦੇ ਨੇ ਕਿਰਤ ਕਰਨੀ ਹੈ ਤਾਂ ਉਹ ਬੰਦਾ ਬਿਨਾ ਖਾਧੇ ਤੋਂ ਵੀ ਕਰੀ ਜਾਂਦਾ। ਹਾਂਜੀ ਹਾਂਜੀ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕਈ ਹੁਣ ਘਰੇ ਬੈਠੇ ਖਾਈ ਜਾਂਦੇ, ਉਹ ਤਾਂ ਗੱਡੀ ਨਹੀਂ ਚਲਾਉਂਦੇ। ਉਹ ਤਾਂ ਹੈ ਨਹੀਂ, ਨਾਲੇ ਪਰ ਜਿਵੇਂ ਦੇਖਿਆ ਕਿ ਜੇ ਨਸ਼ਾ ਪੱਤਾ ਕਰਕੇ ਇੱਦਾਂ ਦੇ ਰੋਡਾਂ ਤੇ ਗੱਡੀ ਤਾਂ ਨਹੀਂ ਚਲਾਈ ਜਾ ਸਕਦੀ, ਨਹੀਂ ਚੱਲ ਸਕਦੀ, ਨਹੀਂ ਚੱਲ, ਉਹ ਤਾਂ ਥੱਲੇ ਮਾਰੂ ਸਾ। ਇੱਥੇ ਭਾਜੀ ਆਕਸੀਜਨ ਘੱਟ ਹੈ, ਹਾਂਜੀ ਉਹ ਜਿਹੜਾ ਬੰਦਾ ਮਾਲ ਖਾ ਕੇ ਤੇ ਚੜੂਗਾ ਉਹਦਾ ਤਾਂ ਸਾਹ ਹੀ ਨਹੀਂ ਆਉਣਾ। ਉਹੀ ਗੱਲ ਹੈ ਜੀ, ਹੁਣ ਅਸੀਂ ਕਹਿੰਦੇ ਗੱਡੀ 'ਚ ਬਹਿ ਕੇ ਥੱਕ ਜਾਂਦੇ ਹਾਂ। ਹਾਂਜੀ, ਤੇ ਅਸੀਂ ਦੇਖਿਆ ਉੱਥੇ ਟਰੱਕਾਂ 'ਚ ਨਗਲ ਸਗਾਰੀ ਦੇ ਕੋਲ 3-3.5 ਘੰਟੇ ਜਾਮ ਲੱਗਿਆ, ਜਾਮ ਲੱਗਿਆ ਹੋਇਆ ਸੀ। ਹਾਂ ਗਰਮੀ ਸੀਗੀ, ਚਲੋ ਸਾਡਾ ਫਿਰ ਗੱਡੀਆਂ ਗੁੱਡੀਆਂ ਏਸੀ ਵਧੀਆ ਚੱਲੀ ਜਾਂਦੇ ਨੇ, ਉਹ ਥੋੜ੍ਹਾ ਨੀਵਾਂ ਇਲਾਕਾ ਹੈ ਕਿ ਲੋਕੀ ਜਾਣ ਕੇ ਕਈ ਹੁੰਦੇ ਆ ਵਿੱਚ 100 ਪਿੱਛੇ ਇੱਕ ਅੱਧਾ ਹੁੰਦਾ ਉਹ, ਉਹ ਵੀ ਮੇਰੇ ਕੋਲ ਲੋਕਲ ਗੱਡੀਆਂ ਵਾਲੇ ਜ਼ਿਆਦਾ ਕਰਦੇ, ਲੋਕਲ ਜਾਂ ਵੀ ਉਹ ਜਿਹੜੇ ਕੋਈ ਸ਼ੌਂਕ ਤੇ ਖਾਂਦਾ। ਹਾਂ, ਨਸ਼ਾ ਕਰਕੇ ਗੱਡੀ ਨਹੀਂ ਚੱਲ ਸਕਦੀ, ਜਾਂ ਕਿ ਬਦਨਾਮੀ ਦਾ ਘਰ ਹੈ। ਹਾਂ ਅਸੀਂ ਦੇਖ ਲਿਆ ਨਾ, ਕਿਉਂਕਿ ਉਹਦੇ ਬਹੁਤ ਧਿਆਨ ਨਾਲ, ਕਿਉਂਕਿ ਨਿੱਕੇ ਨਿੱਕੇ ਰੋਡ ਨੇ, ਕਿਤੇ ਤਾਂ ਸਾਈਡ ਸੂਈਡ ਦੇਣੀ ਆ ਜਦੋਂ। ਮੈਨੂੰ ਬਾਈ 22 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ, ਮੈਂ ਤੱਕ ਕੋਈ ਨਸ਼ਾ ਜਰਦਾ ਬੀੜੀ ਕੋਈ ਟੱਚ ਨਹੀਂ। ਕੀ ਬਾਤ ਹੈ, ਮੇਰੀ ਵੀਰੇ 30 ਸਾਲ ਹੋ, ਚਲੋ ਉਮਰ ਹੋ ਗਈ। ਹਾਂਜੀ, ਆਪਾਂ ਵੀ ਕਿਸੇ ਚੀਜ਼ ਨੂੰ ਹੱਥ ਨਾਲ ਇੱਕ ਚਾਹ ਚੁ ਆਰਮੀ ਦੀ ਕੰਟੀਨ ਦੇ ਵਿੱਚ ਨਾਸ਼ਤਾ ਪਾਣੀ ਕਰਕੇ ਇੱਕ ਬਾਈ ਮਿਲ ਗਿਆ ਜਿੱਥੇ ਪੰਜਾਬ ਦਾ ਆਪਣਾ ਫਿਰ ਡਰਾਈਵਰ ਸੀਗਾ, ਜਿਹਨਾਂ ਨਾਲ ਆਪਾਂ ਗੱਡੀ 'ਚ ਬਹਿ ਕੇ ਗੱਲਬਾਤ ਕਰੀ ਅਤੇ ਦਿਖਾਈ ਹੈ ਤੁਹਾਨੂੰ ਕਿ ਕਿੱਦਾਂ ਸਫ਼ਰ ਹੁੰਦਾ ਉਹਦੇ ਡਰਾਈਵਰਾਂ ਦਾ, ਕਿਉਂਕਿ ਰੋਡ ਤੁਸੀਂ ਦੇਖੇ ਹੀ ਨੇ ਕਿੰਨੇ ਨਿੱਕੇ ਨੇ, ਗੱਡੀ ਚਲਾਉਣੀ ਮੁਸ਼ਕਿਲ ਹੈ ਉਹਦੇ, ਸਾਡੀ ਛੋਟੀ ਗੱਡੀ ਹੈ, ਜਦਕਿ ਹੁਣ ਐਡਾ ਵੱਡਾ ਟਰੱਕ ਚਲਾਉਣਾ ਤਾਂ ਹੋਰ ਵੀ ਉਹਦੇ ਮੁਸ਼ਕਿਲਾਂ ਨਾਲ ਭਰਿਆ ਹੋਇਆ। ਆਪਾਂ ਪੁੱਛਿਆ ਬਾਈ ਨੂੰ ਕਿ ਕਿੱਦਾਂ ਰਹਿੰਦਾ ਸਫ਼ਰ ਅਤੇ ਗੱਲਬਾਤ ਤੁਹਾਨੂੰ ਦਿਖਾਈ ਹੈ। ਅਤੇ ਬਾਕੀ ਹੁਣ ਆਪਾਂ ਸਿੰਗਲ ਰੋਡ 'ਤੇ ਆ ਗਏ, ਪਿੱਛੇ ਰੋਡ ਫਿਰ ਵੀ ਠੀਕ ਸੀਗਾ, ਉਰੇ ਕੰਮ ਜ਼ਿਆਦਾ ਤੰਗ ਹੈ, ਨੀਚੇ ਜਾ ਰਹੀ ਹੈ ਨਦੀ ਸਪੀਤੀ। ਸਾਹਮਣੇ ਰਹਿ ਗਿਆ ਕਾਜ਼ਾ ਤਾਪੋ ਪਿੰਡ ਨੂੰ, ਅਤੇ ਆਪਾਂ ਉਰੇ ਤੋਂ ਰਾਈਟ ਸਾਈਡ ਨੂੰ ਮੁੜਨਾ, ਗੂਈ ਵਿਲੇਜ ਕਿਹੜਾ, ਗਿਊ ਵਿਲੇਜ, ਜਿੱਥੇ 500 ਸਾਲ ਪੁਰਾਣੀ ਮੰਮੀ ਪਈ ਹੈ, 550 ਸਾਲ, ਉਹ ਦੇਖਾਂਗੇ ਜਾ ਕੇ। ਮਨਿਸਟਰੀ ਹੈ ਗੋਬੀ ਵਿਲੇਜ 'ਚ, ਉਹ ਆ ਗਏ ਸਾਹਮਣੇ ਗਿਊ ਵਿਲੇਜ 'ਚ ਜਿੱਥੇ ਮਨਿਸਟਰੀ ਹੈ, ਅਤੇ ਰਾਹ ਥੋੜ੍ਹਾ ਜਿਹਾ ਛੋਟਾ ਹੀ ਹੈ, ਹੁਣ ਅੱਗੇ ਸਾਰੇ ਰਾਹ ਛੋਟੇ ਹੀ ਮਿਲਦੇ ਨੇ, ਮਨਾਲੀ ਤੱਕ ਇੱਦਾਂ ਦੇ ਹੀ ਖਤਰਿਆਂ ਨਾਲ ਭਰੇ ਹੋਏ, ਜੋਖਮ ਨਾਲ ਗੱਡੀ ਉਰੇ ਥੋੜ੍ਹੀ ਧਿਆਨ ਨਾਲ ਹੀ ਚਲਾਉਣੀ ਪੈਣੀ ਹੈ। ਬਾਕੀ ਜਿੱਥੇ ਜਿੱਥੇ ਦੇਖੋ ਪਿੰਡ ਹੁੰਦਾ ਕੁਦਰਤ, ਉੱਥੇ ਹਰਿਆਲੀ ਆਈ ਜਾਂਦੀ ਹੈ। ਸਾਹਮਣੇ ਜੀ ਗਿਊ ਮਨਿਸਟਰੀ, ਅਤੇ ਇੱਧਰ ਗੱਡੀ ਆਪਣੀ ਪਰਚੀ ਕੱਟੀ ਜਾ ਰਹੀ ਹੈ। ਵੈਸੇ ਪਰਚੀ ਦੀ ਕੋਈ ਨੀਡ ਤਾਂ ਨਹੀਂ ਹੈਗੀ, ਕਿਉਂਕਿ ਪਾਰਕਿੰਗ ਵਾਲੀ ਐਡੀ ਕੋਈ ਗੱਲਬਾਤ ਹੈ ਨਹੀਂ, ਪਰ ਉਹਦੇ ਇਨਕਮ ਦੇ ਸੋਰਸ ਘੱਟ ਹੋਣ ਕਰਕੇ ਪਰਚੀ ਪੁਰਚੀ ਕੱਟ ਰਹੇ ਨੇ ਪਾਰਕਿੰਗ ਦੇ, ਕਿ ਚਲੋ ਜੋ ਟੂਰਿਸਟ ਆਉਂਦਾ, ਕਿਉਂਕਿ ਕਾਫੀ ਦੂਰ ਹੈ ਸ਼ਹਿਰ ਨਾਲੋਂ ਵਿਲੇਜ ਇਹ ਵਾਲਾ, ਤਾਂ ਖਰਚਾ ਪਾਣੀ ਨਿਕਲੀ ਜਾਵੇ। ਆਹ ਉਰੇ ਦਾ ਲਿਖਿਆ ਹੋਇਆ ਜੀ ਇਤਿਹਾਸ ਬਾਰੇ, ਸਕਰੀਨਸ਼ੋਟ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਦੇਖੋ ਜੀ 1475 ਈਸਵੀ 'ਚ 500 ਸਾਲ ਲਗਭਗ ਪੁਰਾਣੀ ਹੈ ਇਹ ਮੰਮੀ, ਦਿਖਾਉਂਦੇ ਹਾਂ ਹੁਣ ਤੁਹਾਨੂੰ। ਸਾਹਮਣੇ ਵਾਲੇ ਪਹਾੜ ਦੇ ਪਿੱਛੇ ਚਾਈਨਾ ਜੀ, ਅਤੇ ਜਿਹਦਾ ਇੱਕ ਨਮੂਨਾ ਤੁਹਾਨੂੰ ਦਿਖਾਉਂਦੇ ਹਾਂ, ਆਹ ਦੇਖੋ ਆਹ OnePlus ਦਾ ਫੋਨ ਆ। ਇਸ 'ਚ ਟਾਈਮ ਹੋਇਆ 11:11, ਅਤੇ ਇਸ 'ਚ 1:41 ਹੋ ਗਿਆ। ਜਿਹੜਾ ਆਈਫੋਨ ਦਾ ਟਾਈਮ ਹੈ ਉਹ ਚਾਈਨਾ ਦਾ ਟਾਈਮ ਕੈਪਚਰ ਕਰ ਰਿਹਾ ਆਈਫੋਨ, ਕਿਉਂਕਿ ਆਹ ਪਹਾੜੀ ਦੇ ਪਿੱਛੇ ਸਾਰਾ ਚਾਈਨਾ ਏਰੀਆ, ਇਹ ਪਿੰਡ ਚਾਈਨਾ ਦੇ ਬਿਲਕੁਲ ਨਜ਼ਦੀਕ ਹੈ, ਤਕਰੀਬਨ ਕਿ ਇੱਕ ਜਾਂ ਇੱਧਰ ਦੇ ਪਾਸੇ ਸਾਰਾ ਚਾਈਨਾ ਹੀ ਚਾਈਨਾ ਅਗਲੇ ਪਾਸੇ। ਗਿਊ ਵਿਲੇਜ ਤੋਂ ਬਾਅਦ ਆਵਾਂਗੇ ਆਪਾਂ ਹੁਣ ਤਾਬੋ ਵਿਲੇਜ, ਉੱਥੇ ਵੀ ਹੈਗੀ ਇੱਕ ਇੱਦਾਂ ਦੀ ਬਣੀ ਹੋਈ ਮਨਿਸਟਰੀ, ਉੱਥੇ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਤਾਬੋ ਵਿਲੇਜ ਦਾ ਮੂਲ ਚਾਲ। ਅਤੇ ਪਹਿਲਾਂ ਆਪਾਂ ਨੂੰ ਉਹਨਾਂ ਤੋਂ ਵਾਪਸ ਕਾਜ਼ਾ ਵਾਲੇ ਰੋਡ 'ਤੇ ਜਾਣਾ ਪੈਣਾ 7 ਕਿਲੋਮੀਟਰ, ਫਿਰ ਉੱਥੋਂ ਤਾਬੋ ਨੂੰ ਮੁੜਾਂਗੇ। ਉੱਪਰ ਪਹਾੜਾਂ 'ਤੇ ਚੋਟੀਆਂ 'ਤੇ ਪੈਂਦੀ ਹੋਈ ਬਰਫ਼ ਤੋਂ ਇਹ ਦਰਸਾਉਂਦੀ ਹੈ ਕਿ ਉੱਪਰ ਬਰਫ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਕੱਲ੍ਹ ਘੱਟ ਸੀਗੀ ਅਜੇ ਬਰਫ਼, ਕੱਲ੍ਹ ਇੰਨੀ ਜ਼ਿਆਦਾ ਨਹੀਂ ਸੀਗੀ, ਇਹ ਕੱਲ੍ਹ ਵੀ ਕਾਫੀ ਉੱਚੀਆਂ ਉੱਚੀਆਂ ਚੋਟੀਆਂ ਆਪਾਂ ਨੂੰ ਦਿਖਦੀਆਂ ਸੀਗੀਆਂ, ਇੰਨੀਆਂ ਵਾਈਟ ਨਹੀਂ ਸੀਗੀਆਂ, ਪਰ ਰਾਤ ਨੂੰ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਕੱਲ੍ਹ ਵੀ ਠੰਡ ਬਹੁਤ ਸੀ, ਪਰਸੋਂ ਵੀ ਬਹੁਤ ਠੰਡ ਸੀਗੀ, ਪਰਸੋਂ ਬਰਫ਼ਬਾਰੀ ਹੋਈ ਲੱਗਦੀ ਸੀਗੀ। ਬਾਕੀ ਗੱਡੀ ਦੇ ਸ਼ੀਸ਼ੇ ਸ਼ੀਸ਼ੇ ਖੋਲ੍ਹ ਕੇ ਰੱਖੋ, ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਸ਼ੀਸ਼ੇ ਬੰਦ ਰੱਖਦੇ ਹਾਂ ਜੇ ਤਾਂ ਅੰਦਰ ਗੱਡੀ ਦੇ ਗਰਮੈਸ਼ ਹੁੰਦੀ ਹੈ, ਬਾਹਰ ਉੱਤਰਾਂ ਉੱਤਰ ਠੰਡ ਜ਼ਿਆਦਾ ਫੀਲ ਹੋਊਗੀ, ਜਿਹਦੇ ਕਰਕੇ ਤੁਹਾਨੂੰ ਤਬੀਅਤ ਖਰਾਬ ਮਹਿਸੂਸ ਹੋ ਸਕਦੀ ਹੈ।
ਕਿ ਥੋੜੀ ਥੋੜੀ ਹਵਾ ਬਾਹਰ ਦੀ ਲੈਂਦੀ ਰਹੋ ਤਾਂ ਠੀਕ ਰਹਿੰਦਾ ਕੰਮ, ਕਿਉਂਕਿ ਆਕਸੀਜਨ ਵੈਸੇ ਹੀ ਘੱਟ ਹੈ ਇਹਨਾਂ ਏਰੀਆ 'ਚ। ਵੈਸੇ ਜਿਹੜੀ ਜਗ੍ਹਾ 'ਤੇ ਆਪਾਂ ਹੁਣ ਖੜ੍ਹੇ ਹਾਂ, ਨਾਮ ਤਾਂ ਉਸ ਜਗ੍ਹਾ ਦਾ ਬਥੇਰੀ ਵਾਰ ਸੁਣਿਆ ਅਤੇ ਹੋਰ ਕੰਮਾਂ ਲਈ ਸੁਣਿਆ ਹੋਣਾ, ਰੋਲੇ ਰੱਪੇ ਵਾਲਾ। ਪਰ ਉਰੇ ਬਹੁਤ ਜ਼ਿਆਦਾ ਸ਼ਾਂਤੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਤੇ ਜਗ੍ਹਾ ਦਾ ਨਾਮ ਕੀ ਹੈ, ਚੰਡੀਗੜ੍ਹ। ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਚੰਡੀਗੜ੍ਹ ਸੈਕਟਰ 13 ਜੋ ਕਿ ਚੰਡੀਗੜ੍ਹ ਸ਼ਹਿਰ 'ਚ ਮਿਸ ਹੈ, ਉਰੇ ਬਣਿਆ ਹੋਇਆ। ਅਤੇ ਇਹ ਬੱਸ ਸਟੋਪ ਚੰਡੀਗੜ੍ਹ ਦਾ, ਰੋਡ ਛੋਟਾ ਹੋਣ ਦੇ ਬਾਅਦ ਨਾਲ ਨਾਲ ਲੈਂਡਸਲਾਈਡਡ ਵੀ ਆ ਸਾਰਾ ਏਰੀਆ। ਦੇਖ ਰਹੇ ਤੁਸੀਂ ਛੋਟੇ ਛੋਟੇ ਪੱਥਰਾਂ ਦਾ ਕਿਵੇਂ ਉੱਪਰ ਤੱਕ ਪਹਾੜ ਤੱਕ ਚੜ੍ਹੇ ਹੋਏ ਨੇ। ਅਤੇ ਬਾਕੀ ਰੋਡ ਦੇ ਗੱਬੇ ਵੀ ਪੱਥਰਾਂ ਦੀ ਇੱਕ ਲਾਈਨ ਜੀ ਬਣੀ ਹੋਈ ਹੈ ਪੂਰੀ। ਗੱਡੀ 'ਚ ਤਾਂ ਚਲੋ ਠੀਕ ਰਹਿੰਦਾ, ਫਿਰ ਵੀ ਕੰਮ ਮੋਟਰਸਾਈਕਲ 'ਤੇ ਕਈ ਵਾਰ ਸਲਿੱਪ ਹੋਣ ਦਾ ਵੀ ਰਿਸਕ ਰਹਿੰਦਾ। ਥੋੜ੍ਹਾ ਧਿਆਨ ਨਾਲ ਹੀ ਚਲਾਏ ਅਤੇ ਦਿਨੇ ਦਿਨੇ ਹੀ ਡਰਾਈਵ ਜਾਂ ਰਾਈਡ ਜੋ ਵੀ ਆ ਉਰੇ ਕਰੇ, ਕਿਉਂਕਿ ਜੇ ਦੂਰੋਂ ਕੁਝ ਡਿੱਗਦਾ ਵੀ ਹੁੰਦਾ ਆਪਣਾ ਦਿਨ 'ਚ ਆਰਾਮ ਨਾਲ ਦਿਖ ਜਾਂਦਾ। ਆਹ ਦੇਖੋ ਸਾਰਾ ਏਰੀਆ ਸਾਰਾ ਤਕਰੀਬਨ ਲੈਂਡ ਸਲਾਈਡਡ ਹੈ। ਆਹ ਦੇਖੋ ਜੀ ਕੋਈ ਕਪਲ ਆ ਰਿਹਾ। ਆਹ ਜਗ੍ਹਾ ਦਾ ਨਾਮ ਹੈ ਜੀ ਮੂਨਲੈਂਡ, ਅਤੇ ਸਾਹਮਣੇ ਜਿਹੜੇ ਪਹਾੜ ਨੇ ਬਣੇ ਵੀ ਮੂਨਲੈਂਡ ਵਰਗੀ ਵੇ ਨੇ, ਜੇ ਇਹ ਧਰਤੀ ਹੁੰਦੀ ਹੈ ਮੂਨਲੈਂਡ ਦੇ ਉੱਤੇ। ਉਵੇਂ ਦੇ ਇੱਕ ਅਲੱਗ ਦ੍ਰਿਸ਼ ਦਿਖਾਉਂਦੇ ਹੋਏ, ਮਿੱਟੀ ਨਾਲ ਕਟਿੰਗ ਜਿਵੇਂ ਕਰੀ ਹੁੰਦੀ ਹੈ, ਪਰ ਹੈ ਕੁਦਰਤੀ ਹੈ ਸਾਰੇ ਪਹਾੜ, ਇਹ ਲੱਗਦੇ ਕਟਿੰਗ ਕਰੇ ਹੋਏ ਨੇ। ਕਿੱਦਾਂ ਸਿੱਧੇ ਸਿੱਧੇ ਉੱਚੇ ਪਹਾੜ ਨੇ ਉੱਪਰ ਨੂੰ, ਯਾਰ ਕਿਆ ਨਜ਼ਾਰਾ ਦਿਖਾ ਰਹੇ ਨੇ। ਐਨ ਸਟੇਟ ਪਹਾੜ ਹੈ ਇੱਕਦਮ ਉੱਪਰ ਸਿੱਧਾ ਬਜਰੀ ਵਾਲਾ। ਸਾਹਮਣੇ ਵਾਲੀ ਸਾਈਡ ਆ ਗਿਆ ਜੀ ਪਿੰਡ ਤਾਬੋ, ਅਤੇ ਉਹ ਸਾਹਮਣੇ ਦਿਖ ਰਹੀ ਬੁੱਧਾ ਜੀ ਦੀ ਮਨਿਸਟਰੀ। ਤਕਰੀਬਨ ਪਿੰਡ 'ਚ ਜਿੱਥੇ ਜਿੱਥੇ ਤਕਰੀਬਨ ਪਿੰਡ ਦਿਖਦਾ ਉਹਦਾ ਮਨਿਸਟਰੀ ਵੀ ਦਿਖ ਜਾਂਦੀ ਹੈ, ਕਿਉਂਕਿ ਜਿੰਨੀਆਂ ਮਨਿਸਟਰੀਆਂ ਨੇ ਸਭ ਤੋਂ ਪਿੰਡ ਦੀ ਉੱਚੀ ਜਗ੍ਹਾ 'ਤੇ ਬਣੀਆਂ ਹੁੰਦੀਆਂ ਨੇ, ਤਾਂ ਕਰਕੇ ਝਲਕ ਨਾ ਜੀ ਦੂਰੋਂ ਹੀ ਵੱਜ ਜਾਂਦੀ ਹੈ। ਸਾਹਮਣੇ ਬਣੀ ਹੋਈ ਬੁੱਧਾ ਜੀ ਦੀ ਮੂਰਤੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਥੱਲੇ ਰੋਡ ਤੋਂ, ਬਹੁਤ ਜ਼ਿਆਦਾ ਹਾਈਟ 'ਤੇ ਬਣੀ ਹੋਈ ਹੈ ਪਹਾੜ ਦੇ ਉੱਤੇ ਜਾ ਕੇ ਵੈਸੇ ਤਾਂ। ਬਾਕੀ ਸਾਹਮਣੇ ਪਹਾੜਾਂ ਦਾ ਨਜ਼ਾਰਾ ਵੀ ਅਲੱਗ ਹੀ ਹੈ। ਦੇਖੋ ਜਿਹੜਾ ਵਿੱਚ ਪਹਾੜ ਆ ਰਿਹਾ ਉਹਦਾ ਰੰਗ ਦਾ ਕਲਰ ਦਾ ਫਰਕ ਹੈ, ਘੱਟੋ ਘੱਟ ਉਹਦੇ 5-6 ਕਲਰ ਦੇ ਅਲੱਗ ਅਲੱਗ ਪਹਾੜ ਆਪਾਂ ਨੂੰ ਦਿਖ ਰਹੇ ਨੇ। ਆਹ ਦੇਖੋ ਉਰੇ ਆਹ ਉਰੇ ਤੋਂ ਲੈ ਕੇ ਅੱਗੇ ਤੱਕ ਤਕਰੀਬਨ 6-7 ਇਜ਼ਲੀ ਰੰਗ ਆਪਾਂ ਨੂੰ ਮਿਲ ਜਾਣਗੇ ਅਲੱਗ ਅਲੱਗ ਪਹਾੜਾਂ ਦੇ। ਸਪੀਤੀ ਲੱਦਾਖ ਦੇ ਇਹੀ ਨਜ਼ਾਰੇ ਨੇ ਜੀ ਆਪਣੇ, ਅਲੱਗ ਅਲੱਗ ਸ਼ੇਪ 'ਚ ਬਣੇ ਹੋਏ ਅਲੱਗ ਅਲੱਗ ਕਲਰਸ ਦੇ ਪਹਾੜ ਆਪਾਂ ਨੂੰ ਦਿਖਦੇ ਨੇ। ਕੁਦਰਤ ਦੇ ਅਸਲੀ ਰੰਗ ਪਹਾੜਾਂ ਜੀ ਵੈਸੇ ਤਾਂ ਦਿਖਦੇ ਹੁੰਦੇ ਨੇ। ਸਾਹਮਣੇ ਬਣਿਆ ਹੋਇਆ ਗੇਟ ਵੈਲਕਮ ਟੂ ਤਾਬੋ। ਤਕਰੀਬਨ ਸਾਰੇ ਪਿੰਡਾਂ ਦੇ ਬਾਹਰ ਇੱਦਾਂ ਦੇ ਗੇਟ ਬਣੇ ਹੀ ਹੁੰਦੇ ਨੇ ਸਪੀਤੀ ਲੱਦਾਖ ਦੇ ਵਿੱਚ ਐਂਟਰੀ ਪੁਆਇੰਟ 'ਤੇ। ਆਇਆ ਜੀ ਪਿੰਡ ਤਾਬੋ ਦੇ ਵਿੱਚ ਮਨਿਸਟਰੀ ਸਾਹਮਣੇ, ਉੱਧਰ ਨੂੰ ਜਾਵਾਂਗੇ। ਉੱਦਾਂ ਪਿੰਡ ਬਹੁਤ ਸੋਹਣਾ ਹੈ, ਛੋਟਾ ਜਿਹਾ ਪਰ ਸੋਹਣਾ ਬਹੁਤ ਹੈ, ਜਿਵੇਂ ਦਾ ਉਰੇ ਮਾਹੌਲ ਚੱਲ ਦੇਖਿਆ। ਚਾਰੋਂ ਪਾਸੇ ਉੱਚੇ ਉੱਚੇ ਪਹਾੜ ਨੇ, ਉਹ ਪਹਾੜ ਉੱਧਰਲੇ ਬਹੁਤ ਸੋਹਣੇ ਲੱਗ ਰਹੇ ਹੈ, ਥੱਲੇ ਲੈਂਡਸਕੇਪ ਆ ਰਿਹਾ ਸਿੱਧਾ। ਉਹ ਦੇਖੋ ਜੀ ਪਹਾੜ ਦੇ ਉੱਤੇ ਕਿਵੇਂ ਲਿਖਿਆ ਹੋਏਗਾ ਜੀ, ਇਹ ਦਰਅਸਲ ਇੱਧਰ ਦੇ ਲੋਕਾਂ ਦੇ ਮੰਤਰ ਹੁੰਦੇ ਨੇ ਸ਼ਾਂਤੀ ਵਗੈਰਾ ਦੇ ਲਈ, ਖਾਸਾ ਉੱਚਾ ਉਰੇ ਤੋਂ। ਪਾਸੇ ਹੈਗੀ ਆ ਨਵੀਂ ਹੈ ਮਨਿਸਟਰੀ, ਅਤੇ ਇਹਦੇ ਪਿਛਲੇ ਪਾਸੇ ਪਹਿਲਾਂ ਪੁਰਾਣੀ ਸੀਗੀ। ਅਤੇ ਇੱਧਰ ਬਣਾਇਆ ਹੋਇਆ ਗੁੰਪਾ, ਪਹਿਲਾਂ ਮਨਿਸਟਰੀ ਇੱਧਰਲੇ ਸਾਈਡ ਹੁੰਦੀ ਬੈਕ ਸਾਈਡ, ਹੁਣ ਅੱਗੇ ਨਵੀਂ ਬਣਾ ਦਿੱਤੀ ਗਈ ਹੈ। ਮਾਰਕੀਟ ਵੀ ਹੈਗੀ ਮਨਿਸਟਰੀ ਦੇ ਬਾਹਰ, ਮਨਿਸਟਰੀ ਦੇ ਬਾਹਰ 2 ਦੁਕਾਨਾਂ ਵੀ ਹੈਗੀਆਂ। ਉੱਦਾਂ ਮਾਰਕੀਟ ਖਾਣ ਪੀਣ ਦੀ ਬਥੇਰੀ ਹੈ, ਅਤੇ ਜ਼ਿਆਦਾਤਰ ਸਮਾਨ ਲੇਡੀਜ਼ ਹੀ ਹੈ, ਘਰ ਘਰ ਵਾਸਤੇ ਖਰੀਦ ਸਕਦੇ ਹੋ। ਕੌਫੀ ਪੀਣ ਲਈ ਰੁਕੇ ਸੀਗੇ ਤਾਬੋ 'ਚ ਇੱਕ ਢਾਬੇ ਦੇ ਉੱਤੇ, ਬੈਠੇ ਬੈਠੇ ਮੂਡ ਬਣ ਗਿਆ ਅੱਗੇ ਤੋਂ ਉੱਤੇ, ਨਾਲ ਫਿਰ ਪਰੌਂਠੇ ਵੀ ਖਾਧੇ ਗਏ। ਅਤੇ ਦੁਪਹਿਰ ਦਾ ਲੰਚ ਦਾ ਵੈਸੇ ਟਾਈਮ ਤਾਂ ਹੋ ਹੀ ਗਿਆ ਸੀ, ਹੋ ਹੀ ਗਿਆ ਲੰਚ ਵੀ, ਹੁਣ ਆਪਣਾ ਹੁਣ ਤਾਂ ਆਪਾਂ ਚੱਲਦੇ ਡਾਂਕਰ ਵੱਲ ਨੂੰ।
ਦੋ ਤਿੰਨ ਦਿਨ ਹੋ ਗਏ ਘਰੋਂ ਨਿਕਲੇ ਨੂੰ ਤੇ ਨਹਾਏ ਨਹੀਂ ਸੀਗੇ ਉਰੇ ਗੱਡੀ ਇਕਦਮ ਨਦੀ ਦੇ ਕਿਨਾਰੇ ਤੇ ਆ ਗਈ ਸੀਗੀ ਤਾਂ ਮੂਡ ਬਣਿਆ ਕਿ ਚਲੋ ਨਹਾ ਲੈਂਦੇ ਹਾਂ ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਸਾਈਡ 'ਚ ਤਾਂ ਕਿਤੇ ਜਗ੍ਹਾ ਦੇਖ ਕੇ ਨਹਾਇਆ ਜਾਊਗਾ ਦੇਖੋ ਜੀ ਕਿੰਨਾ ਜ਼ਿਆਦਾ ਤੇਜ਼ ਹੈ ठंडे ठंडे पानी च नहा के आनंद आ गया पूरा बहुत ठंडा पानी सीगा पानी का बहाव बहुत तेज सी इनू स्पीति नदी के नाल नाल आपां रोड़ू नदी भी कह सकते हैं क्योंकि रोड़ के लै जानी सी इन्ना तेज पानी सी तदी साइड च नहाए आपां उरे एरिया थोड़ा खुला आ गया पहाड़ दोनों साइड दूर दूर ने ते रोड ही तकरीबन पत्थरा जी है खासी दूर तक निगाह वज रही है रोड ते किन्नी सोहनी जगह बनी हुई है क्या बात है नजारेदार माहौल है पूरा देखो ही कुदरत वल्लों किवें खड़े करे हुए ने पहाड़ जे है थले कुछ नदी का व्यू दिख रहा है इन्ना का ज्यादा एंड लग रहा है ना पिछे कुछ हाँ पहाड़ इन्ने सोने के नीचे नदी देखो जी एनका तार ला मैं कि पैर पुर स्लिप हो जाए थले चल जाइए ओ आए वाह यार पर अपन गड्डी उरी रोकनी पैगी क्योंकि अगे कित है नहीं जगह क्रॉसिंग करा दी रोड क्योंकि सिंगल है पर गड्डी खासी देर बाद आती है इदा की वीड्डी गड्डी ट्रक ट्रुक खासी देर बाद आते हैं जिस करके ज़्यादा रुकने की लड़ भी नहीं पैंती छोटिया गड्डिया वो तकरीबन हो ही जाए क्रॉसिंग वीड्डी बस या इदा ट्रैक घट ही ने चांस किधरले रोड से मिल रहे हैं देखने क्या व्यू व्यू आया चेक करो नदी कितनी चौड़ी हो चुकी है उरे एंड ही कराया है कम पूरा तो रोड पिछले 10 किलोमीटर तो इदा का ही चल रहा ऑफ रोड तो मनाली तक आपको इदा का ही मिलना है तकरीबन सारा वो टुटा हुआ अगे तो इस तो भी ज़्यादा माड़े हाल हो जाने हैं ब्लॉग च बने ही रहो दिखाई जावे थानू जो नवे हो चैनल तो चैनल सबसक्राइब जरूर करो हाइट वाला राह है धनकर मिनिस्ट्री में भी जाता है टोटली कैंची कैंची रोड ही चल रहा है 8 किलोमीटर रोड तो उपरली साइड में जाके धनकर मिनिस्ट्री पर शायद उदों तो वापस नहीं आना पेगा सीधा राह उपरों काजा निकल जाता है तो आप उपर घूम फिर के सीधा और तो काजा निकल जाएंगे धनकर मिनिस्ट्री तो वो आ गई सामने धनकर मिनिस्ट्री वैसे और तो 6 किलोमीटर लक नेड़े रही है और फोटो खिंच ली वो आ जी सामने धनकर मिनिस्ट्री बहुत ही सोहना व्यू आ रहा है पहाड़ी के उत्ते बनी हुई इधरले साइड मिनिस्ट्री है तो इधरले साइड है पिंड धनकर पिंड अगे धनकर जिथे मिनिस्ट्री है अपनी हूँ धनकर मिनिस्ट्री उपर ना रनिंग रेस्टोरेंट है भादे भादे खवाते ने बंद इधरली साइड मिनिस्ट्री के सामने रोड ती आप गड्डी लाती है तो हम जावे धनकर मिनिस्ट्री मत्था टेकन अगे वालू कितनी सोहनी लकड़ का दरवाजा बनाया मिनिस्ट्री का
ਡਿਜ਼ਾਈਨ ਦੇਖੋ ਸਾਰਾ ਹੱਥਾਂ ਨਾਲ ਡਿਜ਼ਾਈਨ ਪਿਆ ਮਸ਼ੀਨੀ ਡਿਜ਼ਾਈਨ ਨਹੀਂ ਹੈਗਾ ਡਾਂਕਰ ਮਨਿਸਟਰੀ ਤੋਂ ਆਪਾਂ ਹੁਣ ਕਾਜ਼ਾ ਵੱਲ ਨੂੰ ਜਾਵਾਂਗੇ ਅਤੇ ਡਰਾਈਵਰ ਹੈਗਾ ਲੋਕਲ ਟੈਕਸੀ ਡਰਾਈਵਰ ਮਿਲ ਗਿਆ ਜਿਵੇਂ ਤੁਹਾਨੂੰ ਦੱਸਿਆ ਹੀ ਸੀਗਾ ਔਰ ਤੋਂ ਸਿੱਧਾ ਨਾ ਰਾਹ ਨਿਕਲ ਜਾਂਦਾ ਕਾਜ਼ੇ ਨੂੰ ਵਾਪਸ ਜਾਣ ਦੀ ਲੋੜ ਨਹੀਂ ਆਪਾਂ 10-8 ਕਿਲੋਮੀਟਰ ਥੱਲੇ ਨੂੰ ਦੁਬਾਰਾ ਆ ਗਏ ਜੀ ਆਪਾਂ ਸਪੀਤੀ ਵਾਲੇ ਰੋਡ 'ਤੇ ਕਾਜ਼ੇ ਵਾਲੇ ਰੋਡ ਦੇ ਉੱਤੇ ਨਦੀ ਦੇ ਨਾਲ ਨਾਲ ਇੱਕ ਵਾਰ ਫਿਰ ਉੱਤਰ ਗਿਆ ਥੱਲੇ ਨੂੰ ਅਤੇ ਸਾਹਮਣੇ ਰੋਡ ਜਾ ਰਿਹਾ ਪਿੰਨ ਵੈਲੀ ਨੂੰ ਜਿੱਥੇ ਗੱਡੀ ਖੜ੍ਹੀ ਹੈ ਪਿੰਨ ਵੈਲੀ ਜੇ ਟਰੈਕ ਟਰੂਕ ਦੇ ਸ਼ੌਕੀਨ ਆ ਉਹਨਾਂ ਲਈ ਵੀ ਇੱਕ ਤਗੜਾ ਟਰੈਕ ਆ ਉਰੇ ਪਿੰਨ ਵੈਲੀ ਵੱਲ ਜੋ ਪਿੰਨ ਵੈਲੀ ਤੋਂ ਸ਼ੁਰੂ ਹੋ ਕੇ ਸਿੱਧਾ ਆਪਣਾ ਖੀਰ ਗੰਗਾ ਹੋ ਕੇ ਅਤੇ ਮਣੀਕਰਨ ਸਾਹਿਬ ਕੋਲ ਦੇ ਕੋਲ ਨਿਕਲਦਾ 4-5 ਦਿਨ ਦਾ ਟਰੈਕ ਹੈ ਬੜਾ ਤਕੜਾ ਅਤੇ ਸੋਹਣਾ ਟਰੈਕ ਹੈ ਉਹ ਅਸੀਂ ਕਦੀ ਨਾ ਕਦੀ ਕਰਨ ਦੀ ਇੱਛਾ ਨਹੀਂ ਕਰ ਸਕਦੇ ਕਿਉਂਕਿ ਖਾਸਾ ਤੁਰਨਾ ਪੈਂਦਾ ਉੱਥੇ ਗੱਡੀਆਂ ਰਾਹੀਂ ਮੋਟਰਸਾਈਕਲਾਂ ਰਾਹੀਂ ਬੁਲਟਾਂ ਰਾਹੀਂ ਜਿੱਥੇ ਮਰਜ਼ੀ ਲੈ ਜਾਓ ਰਿਕੋਂਗ ਪਿਓ ਤੋਂ ਲੈ ਕੇ ਨਾਕੋ ਤੱਕ ਰਹਿਣ ਰਹੁਣ ਦਾ ਅਰੇਂਜਮੈਂਟ ਘੱਟ ਹੈ ਇੱਕ ਦੋ ਹੀ ਪਿੰਡ ਹੈ ਅਤੇ ਉਹ ਤੋਂ ਬਾਅਦ ਜੋ ਤਾਬੋ ਆ ਜਾਂਦੇ ਉਹ ਤੋਂ ਬਾਅਦ ਰਹਿਣ ਦਾ ਅਰੇਂਜਮੈਂਟ ਤਕਰੀਬਨ ਮਿਲਦਾ ਹੀ ਰਹਿੰਦਾ ਹਰ 10-15 ਕਿਲੋਮੀਟਰ ਕੋਈ ਨਾ ਕੋਈ ਪਿੰਡ ਆ ਜਾਂਦਾ ਛੋਟਾ ਮੋਟਾ ਇੱਥੇ ਹੋਮ ਸਟੇ ਵਗੈਰਾ ਜਾਂ ਹੋਟਲ ਇੱਕ ਦੋ ਮਿਲ ਜੂਗਾ ਜਿਵੇਂ ਆਹ ਸਾਹਮਣੇ ਬਣੇ ਹੋਏ ਨੇ ਜਾਂ ਬਣ ਰਿਹਾ ਦੇਖੋ ਨਵਾਂ ਅਤੇ ਉਹ ਸਾਹਮਣੇ ਵੀ ਦਿਖ ਰਿਹਾ ਹੋਣਾ ਤੁਹਾਨੂੰ ਪਿੰਡ ਇੱਕ ਪਿੱਛੇ ਲੰਘਿਆ ਸੀਗਾ ਰਹਿਣ ਰਹੁਣ ਦੀ ਖਾਣ ਪੀਣ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤਕਰੀਬਨ ਕਿ ਹਰ 5-10-15 ਮਿੰਟ ਬਾਅਦ ਕੁਛ ਨਾ ਕੁਛ ਆ ਜਾਂਦਾ ਉਹ ਆ ਗਿਆ ਜੀ ਸਾਹਮਣੇ ਕਾਜ਼ਾ ਜਿੱਥੇ ਅੱਜ ਆਪਾਂ ਪਹੁੰਚਣਾ ਸੀਗਾ ਬਸ ਪਹੁੰਚ ਕੇ ਲੈਂਦੇ ਹਾਂ ਹੁਣ ਰੂਮ 2 ਦਿਨ ਹੋ ਗਏ ਟੈਂਟਾਂ 'ਚ ਸੁੱਕਦੇ ਹੋਏ ਕੈਂਪਿੰਗ ਵੂਮਿੰਗ ਕਰੀ ਹੈ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਆਪਣਾ ਹੀ ਸੀਗਾ ਅਤੇ ਅੱਜ ਆਪਾਂ ਹੋਟਲ 'ਚ ਜਾਂ ਕਿਤੇ ਹੋਮ ਸਟੇ 'ਚ ਵਧੀਆ ਜਿਹਾ ਲੈ ਕੇ ਜਗ੍ਹਾ ਰੁਕਾਂਗੇ ਆਇਆ ਜੀ ਸਾਹਮਣੇ ਕਾਜ਼ਾ ਦਾ ਬੱਸ ਸਟੈਂਡ ਜਿੱਥੋਂ ਤੁਹਾਨੂੰ ਮਨਾਲੀ ਜਾਂ ਸ਼ਿਮਲੇ ਸ਼ਿਮਲੇ ਜਾਣ ਵਾਲੀ ਬੱਸਾਂ ਮਿਲ ਜਾਣਗੀਆਂ ਹੋਮ ਸਟੇ 'ਚ ਰੁਕੇ ਦੁੰਦੂਪ ਹੋਮ ਸਟੇ ਹਾਂ ਬਾਈ ਜੀ ਉਹਨਾਂ ਦੇ ਮਾਲਕ ਇਹਨਾਂ ਦੇ ਨਾਮ ਦਾ ਹੀ ਹੈ ਬਣਾਇਆ ਹੋਇਆ ਇਹਨਾਂ ਨੇ ਆਪਣੇ ਹੋਮ ਸਟੇ ਦੁੰਦੂਪ ਇਹ ਹੈ ਜੀ ਬਾਈ ਜੀ ਉਹਨਾਂ ਦਾ ਕਮਰਾ ਅਲੱਗ ਅਲੱਗ ਬੈੱਡ ਲੱਗੇ ਹੋਏ ਨੇ ਬਹੁਤ ਸੋਹਣਾ ਕਮਰਾ ਜਿੱਥੇ ਆਪਾਂ ਰੁਕੇ ਹਾਂ 2 ਦਿਨਾਂ ਬਾਅਦ ਬੈੱਡ ਨਸੀਬ ਹੋਇਆ ਟੈਂਟਾਂ ਤੋਂ ਨਿਕਲ ਕੇ ਥੋੜ੍ਹਾ ਫਰੈਸ਼ ਫਰੁਸ਼ ਹੋ ਕੇ ਫਿਰ ਜਾਂਦੇ ਹਾਂ ਬਾਜ਼ਾਰ ਵੱਲ ਨੂੰ ਵੈਸੇ ਘੈਂਟ ਲੱਗਿਆ ਅਲੱਗ ਅਲੱਗ ਸਭ ਦੇ ਬੈੱਡ ਲੱਗੇ ਹੋਏ ਨੀਚੇ ਤਿਆਰ ਕਰ ਦੇਣਗੇ ਬਿਸਤਰਾ ਤੇ 1800 ਰੁਪਇਆ ਮੰਗਦੇ ਸੀਗੇ 1500 ਚ ਚਲੋ ਕਰ ਲਈ ਸੈਟਿੰਗ ਬਾਈ 1600 ਤੇ ਅੜ ਗਿਆ ਸੀਗਾ ਪਰ ਚਲੋ ਪਿਆਰ ਮੁਹੱਬਤ ਆਪਾਂ ਜਿਤਾ ਦੀ ਆ ਥੋੜ੍ਹੀ ਜਿਹੀ ਤਾਂ ਕਰਕੇ ਚਲੋ 1500 ਚ ਟਿਕਾ ਲਿਆ ਰੂਮ ਐਨ ਨਵੇਂ ਬਣੇ ਹੋਏ ਨੇ ਦਰਅਸਲ ਐਨ ਘੈਂਟ ਦੇ ਪੂਰੇ ਬੂਟ ਬਾਟ ਆਪਾਂ ਸਾਹਮਣੇ ਸਾਈਡ 'ਚ ਖੋਲਤੇ ਨੇ ਰੂਮ 'ਚ ਸਮਾਨ ਵਗੈਰਾ ਰੱਖ ਕੇ ਆਪਾਂ ਆਏ ਹਾਂ ਜੀ ਪੂਰੀ ਦੁਨੀਆ ਦੇ ਸਭ ਤੋਂ ਹਾਈਐਸਟ ਪੈਟਰੋਲ ਪੰਪ ਦੇ ਉੱਤੇ ਵੈਸੇ ਤਾਂ ਗੱਡੀ 'ਚ ਤੇਲ ਹੈਗਾ ਸੀਗਾ ਪਰ ਦੁਨੀਆ ਦੇ ਸਭ ਤੋਂ ਹਾਈਐਸਟ ਪੰਪ 'ਤੇ ਆਈਏ ਅਤੇ ਤੇਲ ਨਾ ਪਵਾਈਏ ਕੋਈ ਗੱਲ ਤਾਂ ਨਹੀਂ ਬਣਦੀ ਥੋੜ੍ਹਾ ਜਿਹਾ ਪਵਾ ਲੈਂਦੇ ਹਾਂ ਆਪਾਂ ਵੀ ਆਹ ਦੇਖੋ ਜੀ ਕਿੱਦਾਂ ਲਾਈਨ ਲਾ ਲੱਗੀਆਂ ਹੋਈਆਂ ਲਾਈਨ 'ਚ ਲੱਗ ਕੇ ਸਾਰੀਆਂ 1x1 ਗੱਡੀਆਂ ਤੇਲ ਪਵਾਉਣਗੀਆਂ ਵੈਲਕਮ ਟੂ ਵਰਲਡ ਹਾਈਐਸਟ ਰਿਟੇਲ ਆਊਟਲੈਟ ਕਾਜ਼ਾ ਹਾਈਟ ਹੈਗੀ 12,270 ਫੁੱਟ ਬਸ ਪੈਟਰੋਲ ਪੰਪ ਦੀ ਪਛਾਣ ਇਹ ਹੈ ਕਿ ਉਹਦੇ ਲਾਈਨਾਂ 'ਚ ਲੱਗ ਕੇ ਤੇਲ ਪਾਉਣਾ ਪੈਂਦਾ ਜੀ ਕਾਜ਼ਾ ਦੀ ਸਾਰੀ ਮਾਰਕੀਟ ਬਹੁਤ ਸੋਹਣੀ ਦੁਕਾਨ ਹੈ ਸਮਾਨ ਸਮੂਨ ਦੀ ਆਪਾਂ ਨੂੰ ਵੀ ਜੇ ਕੋਈ ਚੀਜ਼ ਪਸੰਦ ਆਏਗੀ ਖਰੀਦਾਂਗੇ ਬਾਕੀ ਰਿਕੋਂਗ ਪਿਓ ਤੋਂ ਬਾਅਦ ਸਿੱਧਾ ਸ਼ਹਿਰ ਇਹੀ ਆਉਂਦਾ ਮੇਨ ਕਾਜ਼ਾ ਬਾਕੀ ਪਿੰਡ ਪੁੰਡ ਆਉਂਦੇ ਛੋਟੇ ਰਾਸ਼ਨ ਰੁਸ਼ਨ ਦਾ ਸਮਾਨ ਮਿਲ ਜਾਂਦਾ ਪਰ ਇੱਦਾਂ ਕੱਪੜੇ ਵਗੈਰਾ ਦੀ ਕੋਈ ਦੁਕਾਨ ਨਹੀਂ ਹੈ ਜਾਂ ਹੋਰ ਜਿਹੜੇ ਆ ਫੈਂਸੀ ਆਈਟਮਾਂ ਹੁੰਦੀਆਂ ਨੇ ਉੱਦਾਂ ਦਾ ਕੋਈ ਸਮਾਨ ਨਹੀਂ ਮਿਲਦਾ ਵਿੱਚੋਂ ਲਾ ਲਓ ਤਕਰੀਬਨ ਉਹਨਾਂ ਤੋਂ 200-250 ਦੇ ਕਿਲੋਮੀਟਰ ਦੇ ਕਰੀਬ ਹੋਊਗਾ ਰਿਕੋਂਗ ਪਿਓ ਆਹ ਦੇਖੋ ਜੀ ਦੁਕਾਨ ਦੇ ਵਿੱਚ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਅਤੇ ਬਾਈ ਜੀ ਉਹਨਾਂ ਨੇ ਟੀ ਸ਼ਰਟਸ ਲੈਣੀ ਸੀਗੀਆਂ ਉਹ ਦੇਖ ਰਹੇ ਨੇ ਕੀ ਰੇਟ ਹੈ ਜੀ ਅਲੱਗ ਅਲੱਗ ਅੱਛਾ ਅੱਜ ਗਏ 7 ਰੋਟੀ ਦਾ ਟਾਈਮ ਹੋਇਆ ਨਹੀਂ ਕੁਛ ਹਲਕਾ ਫੁਲਕਾ ਖਾਂਦੇ ਹਾਂ ਜਾ ਕੇ ਸਾਹਮਣੇ ਦਾ ਹਿਮਾਲੀਅਨ ਕੈਫੇ 'ਚ ਸੋਹਣਾ ਲੱਗ ਰਿਹਾ ਦੇਖਣ ਨੂੰ ਵੀ ਵਧੀਆ ਬਣਿਆ ਹੋਇਆ ਆਪਣੀ ਨਿਊਡਲ ਆ ਚੁੱਕੀ ਹੈ ਮੋਮੋਜ਼ ਆਉਣ 'ਚ ਲੱਗੂਗਾ ਟਾਈਮ ਅਜੇ ਨਾਲ ਕੌਫੀ
ਆਉਂਦੇ ਆ ਇੰਨੇ ਬਦਨ ਭਾਜੀ ਗਿਆ ਮਾੜਾ ਜਿਹਾ ਬਾਜ਼ਾਰ ਵੱਲ ਨੂੰ ਫਿਰ ਪਤਾ ਨਹੀਂ ਕੀ ਕਰਨ ਖਾਂਦੇ ਆ ਫਿਰ ਘੰਟੇ ਕੁ ਤੱਕ ਕਰਾਂਗੇ ਡਿਨਰ ਲਓ ਜੀ ਰਾਤ ਦੇ 8:30 ਹੋ ਗਿਆ ਹੁਣ ਆਪਾਂ ਚੱਲਿਆ ਰਾਤ ਦੀ ਰੋਟੀ ਖਾਣ ਸ਼ੇਰੇ ਪੰਜਾਬ ਢਾਬਾ ਪੰਜਾਬ ਦਾ ਢਾਬਾ ਮਿਲ ਗਿਆ ਜੀ ਬਾਈ ਹੁਣ ਬਿਲਾਸਪੁਰ ਤੋਂ ਨੇ ਹੁਣ ਖਾਂਦੇ ਰੋਟੀ ਪਾਣੀ ਉਰੇ ਰੂਮ 'ਚ ਆ ਗਏ ਹਾਂ ਜੀ ਡਰੈਸ ਡਰੁੱਸ ਚੇਂਜ ਕਰ ਲਈਏ ਸ਼ਰਟ ਉਤਾਰ ਕੇ ਪਾ ਲਈ ਅੱਪਰ ਜੀ ਰਾਤ ਨੂੰ ਸੌਣ ਵਾਸਤੇ ਬਾਕੀ ਥੋੜ੍ਹੀਆਂ ਜਿਹੀਆਂ ਜਲੇਬੀਆਂ ਲਿਆਉਂਦੀਆਂ ਨੇ ਅਤੇ ਛੋਲੇ ਲਏ ਨੇ ਅਤੇ ਬਾਕੀ ਕੱਲ੍ਹ 'ਚ ਰਾਹ ਚੂਰ 'ਚ ਖਾਣ ਲਈ ਸਮਾਨ ਅਤੇ ਗੋਭੀ ਗਾਭੀ ਲਈ ਹੈ ਇਹਦੀ ਵਰਤੋਂ ਕਰਾਂਗੇ ਕੱਲ੍ਹ ਕੈਂਪਿੰਗ ਉਂਪਿੰਗ 'ਚ ਰਾਤ ਨੂੰ ਅਤੇ ਅਗਲੇ ਬਲੋਗ 'ਚ ਦਿਖਾਵਾਂਗੇ ਤੁਹਾਨੂੰ ਫਿਰ ਦੁਬਾਰਾ ਤੋਂ ਇੱਕ ਵਾਰ ਕੈਂਪਿੰਗ ਚੰਦਰਤਾਲ ਲੇਕ ਦੇ ਉੱਤੇ ਕੱਲ੍ਹ ਨੂੰ ਆਪਾਂ ਉਦੋਂ ਚੰਦਰਤਾਲ ਲੇਕ ਨੂੰ ਨਿਕਲਣਾ ਨੇੜੇ ਤੇੜੇ ਦੇ ਬਲੋ ਵਿਲੇਜ ਨੇ ਜੋ ਵਿਜ਼ਿਟ ਕਰਕੇ ਉਹਨਾਂ ਨੂੰ ਦੇਖਣ ਲਈ ਜਿਹੜੇ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਾਕੀ ਵੀਡੀਓ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਗੁੱਡ ਨਾਈਟ।